ਹਾਂਜੀ ਦੋਸਤੋ ਔਜਲਾ ਅਪਡੇਟਸ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ। ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਰਨ ਔਜਲਾ ਸਿੱਧੂ ਮੂਸੇਵਾਲਾ ਤੇ ਹਰ ਫਚੀਮਾ ਬਾਰੇ ਤੇ ਕਰ ਲੈਨੇ ਆਂ ਵੀਡੀਓ ਨੂੰ ਸਟਾਰਟ ਆਪਣੀ ਪਹਿਲੀ ਅਪਡੇਟ ਦੇ ਨਾਲ। ਤਾਂ ਹਾਂਜੀ ਦੋਸਤੋ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮਾਮਲੇ ਵਿੱਚ ਇੱਕ ਬਹੁਤ ਹੀ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ। ਇੱਥੇ ਕਿ ਪੁਲਿਸ ਨੇ ਕੁਝ ਦਿਨ ਪਹਿਲਾਂ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦਾ ਨਾਮ ਹੈ ਕੇਕੜਾ। ਹਾਂਜੀ ਕੇਕੜਾ ਦੇ ਵੱਲੋਂ ਦੱਸਿਆ ਗਿਆ ਹੈ ਕਿ ਮੈਂ 15000 ਰੁਪਏ ਗੈਂਗਸਟਰਾਂ ਤੋਂ ਲੈ ਕੇ ਸਿੱਧੂ ਮੂਸੇ ਦੂਜੀ ਅਪਡੇਟ ਬਾਰੇ ਤਾਂ ਹਾਂਜੀ ਦੋਸਤੋ ਨਿਊਜ਼ 18 ਵਾਲਿਆਂ ਦੇ ਵੱਲੋਂ ਕੁਝ ਦਿਨ ਪਹਿਲਾਂ ਦੱਸਿਆ ਗਿਆ ਸੀ ਕਿ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਦੇ ਪੇਰੈਂਟਸ ਦੇ ਨਾਲ ਕੁਝ ਗੱਲਬਾਤ ਕੀਤੀ ਹੈ ਤੇ ਤੁਹਾਨੂੰ ਦੱਸ ਦੇ ਕਿ ਹਰਫਤ ਚੀਮਾ ਨੇ ਵੀ ਉਸ ਗੱਲ ਦੀ ਉਹਨੂੰ ਸਟੋਰੀ ਪਾ ਕੇ ਆਪਣੇ ਇੰਸਟਾਗ੍ਰam ਦੇ ਅਕਾਊਂਟ ਉੱਪਰ ਸ਼ੇਅਰ ਕੀਤੀ ਹੈ ਅਤੇ ਕੁਝ ਲਿਖਿਆ ਵੀ ਹੈ ਹਰਫਤ ਚੀਮਾ ਨੇ ਜੋ ਕਿ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆ ਹਰਫਤ ਚੀਮਾ ਨੇ ਲਿਖਿਆ ਹੋਇਆ ਹੈ ਲੋਡ ਹੈ ਅੱਜ ਸਭ ਨੂੰ ਇਕੱਠੇ ਹੋਣ ਦੀ ਹੈਸ਼ਟੈਗ ਕਰਨ ਔਜਲਾ ਨੂੰ ਲਾ ਕੇ ਲਿਖਿਆ ਹੈ ਜਰੂਰ ਮਿਲੀ ਬਾਪੂ ਜੀ ਨੂੰ ਯਾਰ ਹਾਂਜੀ ਦੋਸਤੋ ਇਹ ਸਟੋਰੀ ਲਈ ਹੈ ਹਰਫ ਚੀਮਾ ਨੇ ਆਪਣੀ ਇੰਸਟਾਗ੍ਰਾਮ ਦੇ ਅਕਾਊਂਟ ਉੱਪਰ ਤਾਂ ਤੁਹਾਡੀ ਕੀ ਰਾਏ ਹੈ ਇਸ ਗੱਲ ਬਾਰੇ ਕਮੈਂਟਾਂ ਵਿੱਚ ਜੂ ਦੱਸ ਕੇ ਜਾਓ ਤੇ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ